ਧਰਮ ਦੀ ਜਿੰਨੀ ਵੀ ਸਾਧਨਾ ਹੈ ਇਹ ਸਾਰੀ ਮਨ ਦੀ ਸਾਧਨਾ ਹੈ ਕਿ ਮਨ ਕਿਵੇਂ ਸਾਧਿਆ ਜਾਏ ਮਨ ਕਿਸ ਤਰ੍ਹਾਂ ਕਾਬੂ ਦੇ ਵਿੱਚ ਆਏ ਮਨ ਕੋਈ ਸਰੀਰ ਦਾ ਅੰਗ ਨਹੀਂ ਮਨ ਹੈ ਮਨੁੱਖ ਦੇ ਖਿਆਲ ਮਨੁੱਖ ਦੇ ਫੁਰਨੇ ਇਹ ਫੁਰਨਿਆਂ ਇਹ ਖਿਆਲਾਂ ਦਾ ਜਿਹੜਾ ਇਕੱਠ ਹੈ ਇਸੇ ਨੂੰ ਮਨ ਆਖਦੇ ਹਾਂ ਸਰੀਰ ਅਤੇ ਆਤਮਾ ਦਾ ਮੇਲ ਹੋਇਆ ਅਤੇ ਮਨ ਪੈਦਾ ਹੋਇਆ ਇਕੱਲਾ ਸਰੀਰ ਹੋਵੇ ਆਤਮਾ ਨਾ ਹੋਵੇ ਤਾਂ ਵੀ ਮਨ ਨਹੀਂ ਹੁੰਦਾ ਇਕੱਲੀ ਆਤਮਾ ਹੋਵੇ ਸਰੀਰ ਨਾ ਹੋਵੇ ਤਾਂ ਵੀ ਮਨ ਨਹੀਂ ਹੁੰਦਾ ਪਰ ਪਰਮੇਸ਼ੁਰ ਦੇ ਹੁਕਮ ਦੇ ਵਿੱਚ ਜਦੋਂ ਦੋਨਾਂ ਦਾ ਮਿਲਾਪ ਹੁੰਦਾ ਹੈ ਤੀਸਰੀ ਚੀਜ਼ ਇਹ ਮਨ ਪੈਦਾ ਹੋ ਜਾਂਦੀ ਹੈ ਔਰ ਧਰਮ ਦੀ ਸਾਰੀ ਸਾਧਨਾ ਇਹੋ ਹੀ ਹੈ ਕਿ ਮਨੁੱਖ ਦੇ ਖਿਆਲ ਕਿਸ ਤਰ੍ਹਾਂ ਪਵਿੱਤਰ ਹੋਣ ਇਸ ਦਾ ਮਨ ਕਿਸ ਤਰ੍ਹਾਂ ਪਵਿੱਤਰ ਹੋਵੇ ਮਨੁੱਖ ਦੇ ਕੋਲ ਜਿਹੜੇ ਗਿਆਨ ਇੰਦਰੀ ਕਰਮ ਇੰਦਰੀ ਨੇ ਇਹਨਾਂ ਨੂੰ ਚਲਾਉਣ ਵਾਲਾ ਵੀ ਪਿੱਛੇ ਮਨ ਹੈ ਅੱਖਾਂ ਨਿਰਗਿਆਨ ਨਹੀਂ ਵੇਖਦੀਆਂ ਅਸਲ ਦੇ ਵਿੱਚ ਮਨ ਵੇਖਦਾ ਹੈ ਮਨ ਸਾਥ ਨਾ ਦੇਵੇ ਤਾਂ ਅੱਖਾਂ ਨੇ ਕੀ ਵੇਖਿਆ ਕਿ ਨਹੀਂ ਵੇਖਿਆ ਇਹ ਕੋਈ ਪਤਾ ਨਹੀਂ ਲੱਗਦਾ ਕੋਈ ਮਨੁੱਖ ਸਾਡੇ ਕੋਲੋਂ ਲੰਘ ਜਾਏ ਅਤੇ ਕੋਈ ਆ ਕੇ ਪੁੱਛੇ ਕਿ ਇਸ ਤਰ੍ਹਾਂ ਦਾ ਮਨੁੱਖ ਵੇਖਿਆ ਹੈ ਅਸੀਂ ਕਹਿ ਦਿੰਦੇ ਹਾਂ ਕਿ ਮੇਰਾ ਮਨ ਕਿਸੇ ਹੋਰ ਪਾਸੇ ਸੀ ਮਨ ਸਾਥ ਨਾ ਦੇਵੇ ਕੰਨਾਂ ਨੇ ਕੀ ਬੋਲਿਆ ਕੀ ਸੁਣਿਆ ਕੀ ਨਹੀਂ ਸੁਣਿਆ ਇਹ ਕੋਈ ਪਤਾ ਨਹੀਂ ਲੱਗਦਾ ਕਈ ਵਾਰੀ ਮਨੁੱਖ ਆਪ ਹੀ ਗੱਲ ਕਰਦਾ ਹੋਇਆ ਕਹਿ ਦਿੰਦਾ ਹੈ ਕਿ ਹੁਣੇ ਮੈਂ ਕੀ ਕਹਿ ਰਿਹਾ ਸਾਂ ਭਾਵ ਕਿ ਮੁੱਖੋਂ ਤਾਂ ਬੋਲ ਰਿਹਾ ਹੈ ਪਰ ਮਨ ਨੇ ਸਾਥ ਨਹੀਂ ਦਿੱਤਾ ਮਨ ਕਾਬੂ ਦੇ ਵਿੱਚ ਆ ਜਾਏ ਮਨ ਸਾਧਿਆ ਜਾਏ ਤਾਂ ਧਰਮ ਦੀ ਸਾਧਨਾ ਇਹ ਸਫਲ ਹੈ ਮਨ ਮਨੁੱਖ ਦਾ ਪਵਿੱਤਰ ਹੋਵੇ ਅਤੇ ਇਹ ਸਮਝੋ ਮਨੁੱਖ ਦਾ ਰੋਮ ਰੋਮ ਪਵਿੱਤਰ ਹੈ ਪਰ ਮਨ ਦੇ ਵਿੱਚ ਜੇਕਰ ਮੈਲ ਟਿਕੀ ਹੈ ਐਸੇ ਮਨੁੱਖ ਦੀ ਵੇਖਣੀ ਲਾਜ਼ਮੀ ਮੈਲੀ ਹੋਵੇਗੀ ਜਿਸ ਬੰਦੇ ਦਾ ਮਨ ਮੈਲਾ ਹੋਵੇਗਾ ਮਨੁੱਖ ਦੇ ਮਨ ਵਿੱਚ ਮੈਲ ਹੋਵੇ ਐਸਾ ਮਨੁੱਖ ਜ਼ੁਬਾਨ ਤੋਂ ਵੀ ਹਮੇਸ਼ਾ ਮੰਦੇ ਬਚਨ ਬੋਲੇਗਾ ਨਿੰਦਾ ਚੁਗਲੀ ਕਰੇਗਾ ਜਿਸ ਮਨੁੱਖ ਦੇ ਮਨ ਵਿੱਚ ਮੈਲ ਹੈ ਖਿਆਲਾਂ ਦੇ ਵਿੱਚ ਮੈਲ ਹੈ ਉਸਦੇ ਹੱਥਾਂ ਤੋਂ ਵੀ ਅਨਰਥ ਹੋਣਗੇ ਉਸਦੇ ਪੈਰ ਵੀ ਹਮੇਸ਼ਾ ਗਲਤ ਪਾਸੇ ਚੱਲ ਕੇ ਜਾਣਗੇ ਕਿਉਂਕਿ ਬਾਣੀ ਦੇ ਇਹ ਬਚਨ ਨੇ ਮਨ ਮੈਲੇ ਸਭ ਕੁਛ ਮੈਲਾ ਤਨ ਧੋਤੇ ਮਨ ਹੱਛਾ ਨਾ ਹੋਏ ਕਿ ਮਨ ਮੈਲਾ ਹੈ ਅਤੇ ਸਮਝੋ ਮਨੁੱਖ ਦਾ ਰੋਮ ਰੋਮ ਮੈਲਾ ਹੈ ਪਰ ਮਨ ਪਵਿੱਤਰ ਹੋ ਜਾਏ ਫਿਰ ਐਸੇ ਮਨੁੱਖ ਦੀ ਵੇਖਣੀ ਵੀ ਪਵਿੱਤਰ ਉਸ ਮਨੁੱਖ ਦਾ ਸੁਣਨਾ ਵੀ ਪਵਿੱਤਰ ਉਸਦੇ ਹੱਥਾਂ ਤੋਂ ਵੀ ਕਦੇ ਅਨਰਥ ਨਹੀਂ ਹੋਵੇਗਾ ਉਸਦੇ ਪੈਰ ਵੀ ਕਦੇ ਗਲਤ ਪਾਸੇ ਚੱਲ ਕੇ ਨਹੀਂ ਜਾਣਗੇ ਕਿਉਂਕਿ ਮਨ ਦੇ ਵਿੱਚ ਪਵਿੱਤਰਤਾ ਹੈ ਅਤੇ ਮਨੁੱਖ ਦੇ ਰੋਮ ਰੋਮ ਦੇ ਵਿੱਚੋਂ ਇਹ ਪਵਿੱਤਰਤਾ ਪ੍ਰਗਟ ਹੁੰਦੀ ਹੈ ਭਗਤ ਕਬੀਰ ਜੀ ਨੇ ਜਿਹੜੇ ਬਚਨ ਕਹੇ ਕਿ ਇੱਕ ਮਨ ਕਾਬੂ ਦੇ ਵਿੱਚ ਆ ਜਾਏ ਇੱਕ ਮਨ ਮਰ ਜਾਏ ਸਾਰੇ ਅਵਗਣ ਜੀਵਨ ਦੇ ਵਿੱਚੋਂ ਚਲੇ ਜਾਂਦੇ ਨੇ ਏਕ ਮਰਨ 'ਤੇ ਦੋਏ ਮੋਏ ਦੋਏ ਮਰਨ 'ਤੇ ਚਾਰ ਚਾਰ ਮਰਨ 'ਤੇ ਛੇ ਮੋਏ ਚਾਰ ਪੁਰਖ ਦੋਏ ਨਾਰ ਕਹਿ ਲੱਗੇ ਜਦੋਂ ਇਹ ਮਨ ਮਰਦਾ ਹੈ ਇਹ ਇਕੱਲਾ ਨਹੀਂ ਮਰਦਾ ਮਨ ਦੇ ਮਰਨ ਦੇ ਨਾਲ ਮਨੁੱਖ ਦਾ ਆਪਾ ਭਾਵ ਮਨੁੱਖ ਦਾ ਹੰਕਾਰ ਵੀ ਮਰਦਾ ਹੈ ਹੁਣ ਜਦੋਂ ਇਹਨਾਂ ਦੋਨਾਂ ਦੀ ਮੌਤ ਹੋ ਜਾਂਦੀ ਹੈ ਜਿੱਥੇ ਆਪਾ ਭਾਵ ਚਲਾ ਜਾਏ ਐਸਾ ਬੰਦਾ ਉਹ ਕਦੇ ਕ੍ਰੋਧੀ ਨਹੀਂ ਹੋਵੇਗਾ ਜਿਹੜਾ ਬੰਦਾ ਕ੍ਰੋਧ ਨਹੀਂ ਕਰੇਗਾ ਫਿਰ ਉਹ ਕਿਸੇ ਨਾਲ ਵੈਰ ਵੀ ਨਹੀਂ ਕਰੇਗਾ ਏਕ ਮਰਨ 'ਤੇ ਦੋਏ ਮੋਏ ਦੋਏ ਮਰਨ 'ਤੇ ਚਾਰ ਇੱਕ ਦੇ ਮਰਨ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਦੋ ਹੋ ਗਈ ਦੋਆਂ ਦੇ ਮਰਨ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਫਿਰ ਜੀਵਨ ਦੇ ਵਿੱਚੋਂ ਕ੍ਰੋਧ ਵੀ ਚਲਾ ਗਿਆ ਵੈਰ ਵੀ ਚਲਾ ਗਿਆ ਹੁਣ ਜਦੋਂ ਜੀਵਨ ਦੇ ਵਿੱਚੋਂ ਵੈਰ ਚਲਾ ਜਾਏ ਐਸਾ ਬੰਦਾ ਕਦੇ ਕਿਸੇ ਨਾਲ ਈਰਖਾ ਨਹੀਂ ਕਰੇਗਾ ਹੁਣ ਜਦੋਂ ਈਰਖਾ ਨਹੀਂ ਕਰੇਗਾ ਫਿਰ ਉਹ ਕਿਸੇ ਦੀ ਨਿੰਦਾ ਵੀ ਨਹੀਂ ਕਰੇਗਾ ਚਾਰ ਮਰਨ 'ਤੇ ਛੇ ਮੋਏ ਇਹਨਾਂ ਚਾਰਾਂ ਦੇ ਮਰਨ ਦੇ ਨਾਲ
ਫਿਰ ਮਰਨ ਵਾਲਿਆਂ ਦੀ ਗਿਣਤੀ 6 ਹੋ ਜਾਂਦੀ ਹੈ, ਫਿਰ ਜੀਵਨ ਦੇ ਵਿੱਚੋਂ ਈਰਖਾ ਵੀ ਨਿਕਲ ਜਾਂਦੀ ਹੈ, ਜੀਵਨ ਦੇ ਵਿੱਚੋਂ ਨਿੰਦਾ ਵੀ ਨਿਕਲ ਜਾਂਦੀ ਹੈ। ਚਾਰ ਪੁਰਖ ਦੋਏ ਨਾਰ, ਇਹ ਚਾਰ ਪੁਰਖ ਨੇ ਪੁਲਿੰਗਣੇ, ਦੋ ਨਾਰ ਨੇ ਇਸਤਰੀ ਲਿੰਗਣੇ, ਇਹ ਈਰਖਾ ਅਤੇ ਨਿੰਦਿਆ। ਭਾਵ ਕਿ ਇੱਕ ਮਨ ਕਾਬੂ ਦੇ ਵਿੱਚ ਆ ਜਾਏ। ਮਨ ਕਾਬੂ ਕਿਸ ਤਰ੍ਹਾਂ ਆਏ, ਮਨੁੱਖ ਦੇ ਖਿਆਲ ਕਿਸ ਤਰ੍ਹਾਂ ਪਵਿੱਤਰ ਹੋਣ, ਗੁਰੂ ਦੇ ਗਿਆਨ ਤੋਂ ਬਿਨਾਂ ਇਹ ਮਨ ਕਦੇ ਸਾਧਿਆ ਨਹੀਂ ਜਾਂਦਾ। ਆਸਾ ਦੀ ਵਾਰ ਦੇ ਵਿੱਚ ਐਸੇ ਬਚਨ ਆਉਂਦੇ ਨੇ, ਮਨ ਦਾ ਸੁਭਾਅ ਹੈ ਪਾਣੀ ਵਰਗਾ। ਪਾਣੀ ਅਸੀਂ ਕਿਧਰੇ ਵੀ ਡੋਲੀਏ, ਜਾਂ ਤਾਂ ਉਹ ਨੀਵੇਂ ਪਾਸੇ ਚਲਾ ਜਾਏਗਾ ਜਿੱਧਰ ਨਿਵਾਣ ਹੋਵੇ, ਜੇਕਰ ਨਿਵਾਣ ਨਹੀਂ ਤਾਂ ਉਹ ਚਾਰੇ ਪਾਸੇ ਖਿੰਡ ਜਾਏਗਾ। ਕਹਿ ਲਗੇ ਮਨ ਵੀ ਐਸਾ ਹੈ ਕਿ ਨੀਵੇਂ ਪਾਸੇ ਤਾਂ ਮਨ ਆਪਣੇ ਆਪ ਚਲਾ ਜਾਂਦਾ ਹੈ। ਹੁਣ ਕਿਸੇ ਨੇ ਕ੍ਰੋਧੀ ਬਣਨਾ ਹੋਵੇ, ਹੰਕਾਰੀ ਬਣਨਾ ਹੋਵੇ, ਲੋਭੀ ਬਣਨਾ ਹੋਵੇ, ਕਿਸੇ ਸਾਧਨਾ ਦੀ ਲੋੜ ਨਹੀਂ, ਮਨੁੱਖ ਆਪਣੇ ਆਪ ਬਣ ਜਾਂਦਾ ਹੈ। ਪਰ ਧਰਮੀ ਬਣਨਾ ਹੋਵੇ, ਸੰਤੋਖੀ ਬਣਨਾ ਹੋਵੇ, ਇਮਾਨਦਾਰ ਬਣਨਾ ਹੋਵੇ, ਫਿਰ ਸਾਧਨਾ ਕਰਨੀ ਪੈਂਦੀ ਹੈ। ਜਿਵੇਂ ਪਾਣੀ ਨੀਵੇਂ ਪਾਸੇ ਤਾਂ ਆਪਣੇ ਆਪ ਚਲਾ ਜਾਂਦਾ ਹੈ, ਪਰ ਪਾਣੀ ਨੂੰ ਉੱਪਰ ਲੈ ਕੇ ਜਾਣਾ ਹੋਵੇ ਬਗੈਰ ਪ੍ਰੈਸ਼ਰ ਤੋਂ, ਇਹ ਪਾਣੀ ਕਦੇ ਉੱਪਰ ਨਹੀਂ ਚੜ੍ਹਦਾ। ਕਹਿ ਲਗੇ ਮਨ ਦਾ ਸੁਭਾਅ ਵੀ ਪਾਣੀ ਵਰਗਾ ਹੈ। ਆਸਾ ਦੀ ਵਾਰ ਦੇ ਬਚਨ ਨੇ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਕੁੰਭ ਦਾ ਅਰਥ ਹੈ ਘੜਾ। ਜਿਵੇਂ ਘੜੇ ਦੇ ਵਿੱਚ ਪਿਆ ਹੋਇਆ ਜਲ ਟਿਕਿਆ ਰਹਿੰਦਾ ਹੈ, ਪਰ ਜਲ ਤੋਂ ਬਿਨਾਂ ਘੜਾ ਬਣਦਾ ਨਹੀਂ। ਕਹਿ ਲਗੇ ਇਸੇ ਤਰ੍ਹਾਂ ਗਿਆਨ ਕਾ ਬੱਧਾ ਮਨ ਰਹੇ, ਗੁਰੂ ਦੇ ਗਿਆਨ ਦੁਆਰਾ ਇਹ ਮਨ ਟਿਕਿਆ ਰਹਿੰਦਾ ਹੈ, ਇਹ ਮਨ ਬੱਝਾ ਰਹਿੰਦਾ ਹੈ। ਗੁਰਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਅਤੇ ਗਿਆਨ ਤੋਂ ਬਿਨਾਂ ਇਹ ਮਨ ਕਦੇ ਕਾਬੂ ਦੇ ਵਿੱਚ ਨਹੀਂ ਆਉਂਦਾ, ਇਹ ਮਨ ਕਦੇ ਵਸ ਵਿੱਚ ਨਹੀਂ ਆਉਂਦਾ। ਮਨ ਸਮਝਾਵਨ ਕਾਰਨੇ ਕਸ਼ੂਕ ਪੜੀਏ ਗਿਆਨ, ਇਹ ਬੰਦੇ ਜੇਕਰ ਤੂੰ ਚਾਹੁੰਦਾ ਹੈ ਤੇਰੇ ਖਿਆਲ ਪਵਿੱਤਰ ਹੋ ਜਾਣ, ਤੇਰਾ ਮਨ ਕਾਬੂ ਦੇ ਵਿੱਚ ਆ ਜਾਏ, ਫਿਰ ਗੁਰੂ ਦੇ ਪਾਸੋਂ ਗਿਆਨ ਲੈ, ਤੂੰ ਗੁਰੂ ਦੇ ਪਾਸੋਂ ਸਿੱਖਿਆ ਲੈ, ਤੇਰਾ ਮਨ ਤੇਰੇ ਕਾਬੂ ਦੇ ਵਿੱਚ ਹੋਵੇਗਾ, ਤੇਰਾ ਮਨ ਤੇਰੇ ਵਸ ਵਿੱਚ ਹੋਵੇਗਾ। ਜਿਸ ਦਿਨ ਮਨ ਵਸ ਵਿੱਚ ਆ ਗਿਆ, ਰੋਮ ਰੋਮ ਤੇਰੇ ਵਸ ਦੇ ਵਿੱਚ ਹੈ, ਫਿਰ ਪੈਰ ਤੇਰੇ ਗਲਤ ਪਾਸੇ ਨਹੀਂ ਚੱਲਣਗੇ, ਅੱਖਾਂ ਤੇਰੀਆਂ ਗਲਤ ਨਹੀਂ ਵੇਖਣਗੀਆਂ, ਹੱਥਾਂ ਤੋਂ ਅਨਰਥ ਨਹੀਂ ਹੋਵੇਗਾ, ਜ਼ੁਬਾਨ ਤੇਰੀ ਕਦੇ ਗਲਤ ਨਹੀਂ ਬੋਲੇਗੀ, ਕਿਉਂਕਿ ਇਹਨਾਂ ਨੂੰ ਚਲਾਉਣ ਵਾਲਾ ਮਨ ਸੀ। ਮਨ ਦਾ ਐਸਾ ਸੁਭਾਅ ਹੈ ਕਿ ਕਬਹੂੰ ਜੀੜਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀਰਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਇੱਕ ਛਣ ਵੀ ਇਹ ਮਨ ਕਦੇ ਟਿੱਕੇ ਨਹੀਂ ਬੈਠਦਾ, ਪਰ ਗੁਰੂ ਦੇ ਗਿਆਨ ਦੇ ਨਾਲ, ਪਰਮੇਸ਼ੁਰ ਦੇ ਨਾਮ ਦੇ ਨਾਲ ਇਹ ਭਟਕਦਾ ਹੋਇਆ ਮਨ ਇਹ ਵਸ ਵਿੱਚ ਆ ਜਾਂਦਾ ਹੈ। ਇਸੇ ਲਈ ਬਾਣੀ ਵਿੱਚ ਬਚਨ ਕਹੇ, ਮਨ ਪ੍ਰਬੋਧੋ ਹਰ ਕੇ ਨਾਏ, ਦਹਿਦ ਸਤਾਵਤ ਆਵੈ ਠਾਏ। ਹੇ ਭਾਈ, ਪਰਮੇਸ਼ੁਰ ਦੇ ਨਾਮ ਦੇ ਨਾਲ ਆਪਣੇ ਸੁੱਤੇ ਹੋਏ ਮਨ ਨੂੰ ਜਗਾਓ। ਜਿਹੜਾ ਦਸੀ ਪਾਸੀ ਭਟਕਦਾ ਹੈ, ਇਹ ਹਿਰਦੇ ਘਰ ਵਿੱਚ ਟਿੱਕ ਕੇ ਬੈਠ ਜਾਏਗਾ, ਇਸ ਦੀ ਸਾਰੀ ਭਟਕਣਾ ਮੁੱਕ ਜਾਏਗੀ। ਅਤੇ ਜਿਸ ਦਿਨ ਮਨ ਟਿੱਕ ਗਿਆ, ਜਿਸ ਦਿਨ ਮਨ ਕਾਬੂ ਦੇ ਵਿੱਚ ਆ ਗਿਆ, ਇਹ ਧਰਮ ਦੀ ਸਾਧਨਾ ਇਹ ਤਾਂ ਹੀ ਸਫਲੀ ਹੈ, ਕਿਉਂਕਿ ਪਰਮਾਤਮਾ ਨੇਰਾ ਚਿਹਰਾ ਨਹੀਂ ਵੇਖਦਾ, ਉਹ ਸਾਡੇ ਬਸਤਰ ਨਹੀਂ ਵੇਖਦਾ, ਪਰਮੇਸ਼ੁਰ ਵੇਖਦਾ ਕਿ ਇਸਦਾ ਮਨ ਕਿਹੋ ਜਿਹਾ, ਇਹ ਜੀਵ ਅੰਦਰੋਂ ਕਿਹੋ ਜਿਹਾ। ਜਿਹੜੇ ਅੰਦਰੋਂ ਪਵਿੱਤਰ ਨੇ, ਉਹੀ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।